प्यारे विद्यार्थियो सत श्री अकाल। आओ दसवीं जमात के ग्रंथ विषय दी रचनावां दा पाठ करिए। साडा अज दा विशा है स्पर्श रेखावां दी रचना करना। साडा सवाल है अज दा कि 6 सेंटीमीटर अर्थ व्यास दा एक चक्कर बनाओ अते उस दे केंद्र तो 10 सेंटीमीटर दूरी ते कोई बिंदु लैके उस बिंदु तो इस चक्कर ते स्पर्श रेखावां दी रचना करो अते उन्हां दा माप पता करो। आओ बच्चो, सब तो पहला असी एक चक्कर दी रचना करांगे प्रकार फुट्टे दी सहायता नाल। इस कम से एक फुट्टा प्रकार कंपास पेंसिल चाहिए है। असं सब तो पहला उसका अर्ध व्यास रेडियस बराबर किन्ना 6 सेंटीमीटर मापांगे। फुट्टे तो असी 0, 1, 2, 3, 4, 5, 6, 7 असी 6 चाहिए है। 6 ते रख के अर्थ व्यास जिन्नी प्रकार नू सेट कर लांगे। असी हुण 6 सेंटीमीटर अर्ध व्यास लै के एक चक्कर की रचना कर दिंदे हां। ਸਾਡੇ ਇਸ ਚੱਕਰ ਦਾ ਕੇਂਦਰ ਹੋਏਗਾ ਊ। ਅਸੀਂ ਨਾਮ ਰੱਖ ਲੈਂਦੇ ਹਾਂ ਊ ਤੇ ਓਰੀਜਨ ਕੇਂਦਰ ਇੱਥੇ ਸ਼ੁਰੂ ਹੋਇਆ ਚੱਕਰ। ਇਸ ਚੱਕਰ ਦਾ ਅਰਧ ਵਿਆਸ ਹੋ ਗਿਆ ਸਾਡਾ ਬੱਚਿਓ 6 ਸੈਂਟੀਮੀਟਰ। ਅਰਧ ਵਿਆਸ ਨੂੰ ਰੇਡੀਅਸ ਕਹਿੰਦੇ ਹਾਂ। ਹੁਣ ਅਸੀਂ ਕੇਂਦਰ ਊ ਤੋਂ 10 ਸੈਂਟੀਮੀਟਰ ਦੂਰੀ 'ਤੇ ਜਿੰਨੀ ਦੂਰੀ ਕਹੀਏ ਉਨੀ ਦੂਰੀ ਆਪਾਂ ਮਾਪ ਲਵਾਂਗੇ ਫੁੱਟੇ ਦੀ ਮਦਦ ਨਾਲ। ਇੱਧਰ 10 ਉੱਧਰ 0 ਵਾਲੇ ਬਿੰਦੂ 'ਤੇ ਅਸੀਂ ਇੱਕ ਲਗਾ ਲਿਆ ਨਿਸ਼ਾਨ ਬਿੰਦੂ। ਇਸਦਾ ਨਾਮ ਰੱਖ ਲੈਂਦੇ ਅਸੀਂ ਪੀ। ਸਾਡਾ ਪੀ ਬਿੰਦੂ ਹੋ ਗਿਆ। ਹੁਣ ਅਸੀਂ ਪੀ ਅਤੇ ਊ ਨੂੰ ਆਪਸ ਜੋੜ ਦੇਵਾਂਗੇ, ਆਪਸ ਵਿੱਚ ਜੋੜ ਦੇਵਾਂਗੇ। ਬਿੰਦੂ ਪੀ ਅਤੇ ਊ ਨੂੰ ਮਿਲਾਓ, ਦੂਰੀ ਹੋ ਗਈ 10 ਸੈਂਟੀਮੀਟਰ। ਹੁਣ ਬੱਚਿਓ ਅਸੀਂ ਸਪਰਸ਼ ਰੇਖਾਵਾਂ ਖਿੱਚਣ ਦੇ ਲਈ ਇਸ ਰੇਖਾ ਖੰਡ ਊ ਪੀ ਨੂੰ ਸਮ ਵਿਭਾਜਿਤ ਕਰ ਦੇਵਾਂਗੇ। ਸਮ ਵਿਭਾਜਿਤ ਮਤਲਬ ਦੋ ਬਰਾਬਰ ਹਿੱਸੇ 'ਚ ਵੰਡ ਦੇਵਾਂਗੇ, ਅੱਧ ਤੋਂ ਵੱਧ ਪ੍ਰਕਾਰ ਖੋਲ੍ਹ ਕੇ ਦੋਨੇ ਪਸਰਿਆਂ 'ਤੇ ਚਾਪਾਂ ਲਗਾਵਾਂਗੇ ਦੋ ਦੋ, ਜੋ ਆਪਸ ਵਿੱਚ ਕੱਟ ਜਾਣਗੀਆਂ ਬਿੰਦੂ 'ਤੇ। ਅਸੀਂ ਜਿੱਥੇ ਕੱਟਦੀਆਂ ਚਾਪਾਂ ਉਹਨਾਂ ਦੋਵਾਂ ਬਿੰਦੂਆਂ ਨੂੰ ਮਿਲਾਉਂਦਾ ਇੱਕ ਰੇਖਾ ਖੰਡ ਖਿੱਚ ਦੇਵਾਂਗੇ, ਜੋ ਪੀ ਓ ਰੇਖਾ ਖੰਡ ਨੂੰ ਬਿੰਦੂ ਐੱਮ 'ਤੇ ਕੱਟ ਦਿੰਦਾ ਹੈ। ਇਹ ਜੋ ਰੇਖਾ ਹੈ ਇਸਨੇ ਬਿੰਦੂ ਪੀ ਨੂੰ ਰੇਖਾ ਖੰਡ ਕਿੱਥੇ ਕੱਟਤਾ, ਬਿੰਦੂ ਐੱਮ ਉੱਪਰ। ਬਿੰਦੂ ਐੱਮ ਤੋਂ ਇੱਕ ਨਵਾਂ ਚੱਕਰ ਬਣਾਵਾਂਗੇ ਜਿਸ ਦਾ ਅਰਧ ਵਿਆਸ ਕਿੰਨਾ ਹੋਏਗਾ, ਐੱਮ ਪੀ ਬਰਾਬਰੇ ਐੱਮ ਓ। ਐੱਮ ਪੀ ਅਰਧ ਵਿਆਸ ਜਾਂ ਬਰਾਬਰੇ ਐੱਮ ਓ। ਅਸੀਂ ਉਹਨਾਂ ਅਰਧ ਵਿਆਸ ਲੈ ਕੇ ਇੱਕ ਚੱਕਰ ਬਣਾਵਾਂਗੇ ਜਿਹੜਾ ਸਿਰਿਆਂ ਨੂੰ ਮਿਲਾਉਂਦਾ ਹੋਏਗਾ, ਜੋ ਪਹਿਲਾਂ ਵਾਲੇ ਚੱਕਰ ਨੂੰ ਕੱਟੇਗਾ। ਜਿੱਥੇ ਇਹ ਕੱਟੇਗਾ ਸਾਡਾ ਉਹ ਸਪਰਸ਼ ਰੇਖਾਵਾਂ ਦਾ ਦੂਜਾ ਸਿਰਾ ਹੋ ਜਾਏਗਾ ਜਿੱਥੇ ਇਹਨੇ ਛੂਣਗੀਆਂ। ਇਸ ਬਿੰਦੂ ਨਾਂ ਰੱਖ ਲਿਆ ਅਸੀਂ ਕਿਆਊ ਅਤੇ ਦੂਜਾ ਬਿੰਦੂ ਦਾ ਨਾਂ ਰੱਖ ਲਿਆ ਇੱਥੇ ਕੱਟ ਰਹੇ ਦਿਨ ਚੱਕਰ ਆਰ। ਹੁਣ ਅਸੀਂ ਪੀ ਅਤੇ ਆਰ ਨੂੰ ਆਪਸ ਵਿੱਚ ਜੋੜ ਦੇਵਾਂਗੇ। ਬਿੰਦੂ ਪੀ ਅਤੇ ਆਰ ਨੂੰ ਆਪਸ ਵਿੱਚ ਜੋੜ ਦੇਵੋ। ਇਹ ਸਾਡੀ ਪਹਿਲੀ ਸਪਰਸ਼ ਰੇਖਾ ਬਣ ਗਈ ਜੋ ਚੱਕਰ ਨੂੰ ਛੂ ਰਹੀ ਹੈ। ਜਿੱਥੇ ਪਹਿਲਾਂ ਛੂ ਗਈ ਅਸੀਂ ਉਨੀ ਲੰਬਾਈ ਮਾਪ ਲਵਾਂਗੇ ਪੀ ਆਰ ਜਿੰਨੀ। ਫਿਰ ਅਸੀਂ ਬਿੰਦੂ ਪੀ ਕਿਆਊ ਨੂੰ ਆਪਸ ਜੋੜ ਦੇਵਾਂਗੇ। ਸਾਡੀ ਦੂਜੀ ਸਪਰਸ਼ ਰੇਖਾ ਬਣ ਗਈ ਜਿੱਥੇ ਪਹਿਲਾਂ ਛੂਇਆ ਉਹ ਬਿੰਦੂ ਅਸੀਂ ਕਿਆਊ 'ਤੇ। ਅਸੀਂ ਉਹਨਾਂ ਲੰਬਾਈ ਮਾਪ ਲਵਾਂਗੇ, ਇਹ ਦੋਨੇ ਬਰਾਬਰ ਹੁੰਦੀਆਂ ਹਨ। ਦਸਵੀਂ ਵਿੱਚ ਇੱਕ ਸਿਧਾਂਤ ਵੀ ਥਿਊਰਮ ਕਿ ਕਿਸੇ ਵੀ ਚੱਕਰ ਦੇ ਕੇਂਦਰ ਤੋਂ ਦੂਰੀ 'ਤੇ ਬਣਾਏ ਗਏ ਬਿੰਦੂ ਤੋਂ ਸਪਰਸ਼ ਰੇਖਾਵਾਂ ਖਿੱਚੀਏ ਤਾਂ ਉਹਨਾਂ ਦੀ ਲੰਬਾਈ ਆਪਸ ਵਿੱਚ ਹਮੇਸ਼ਾ ਬਰਾਬਰ ਹੁੰਦੀ ਹੈ। ਪੀ ਕਿਆਊ ਹੋ ਗਈ 8 ਸੈਂਟੀਮੀਟਰ, ਅਸੀਂ ਦੇਖਿਆ ਪੀ ਆਰ ਵੀ 8 ਸੈਂਟੀਮੀਟਰ ਹੀ ਹੈ। ਇਸ ਪ੍ਰਕਾਰ ਇਹ ਦੋਨੇ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੈ। ਇਸ ਪ੍ਰਕਾਰ ਬੱਚੋ ਅਸੀਂ ਇਹ ਸਪਰਸ਼ ਰੇਖਾਵਾਂ ਦੀ ਰਚਨਾ ਕਰ ਸਕਦੇ ਹਾਂ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ। ਰਚਨਾ ਦੀ ਪੱਗ ਲਿਖਣਾ ਨਾ ਭੁੱਲਣਾ।
आप सब का वीडियो देखने लिए धन्यवाद। सत श्री अकाल।